ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਵਧੀਆ ਫਾਰਮ ਯੂਟਿਊਬ ਚੈਨਲ ਤੁਹਾਡਾ ਸਵਾਗਤ ਹੈ ਜੀ। ਕਿਸਾਨ ਵੀਰੋ, ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ, ਪਿੰਡ ਭਗਵਾਨਪੁਰ, ਤਹਿਸੀਲ ਡੇਰਾ ਬਾਬਾ ਨਾਨਕ ਅਤੇ ਜ਼ਿਲ੍ਹਾ ਗੁਰਦਾਸਪੁਰ, ਕਮਲ ਵੀਰ ਕੋਲ ਅੱਜ ਆਪਾਂ ਆਏ ਹਾਂ। ਅਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ 3 ਵੈੜਾਂ ਅਤੇ 1 ਮੱਝ ਤੁਹਾਨੂੰ ਦਿਖਾਉਣੀ ਆ, ਸੋਹਣੀਆਂ ਵੈੜਾਂ ਤੁਹਾਨੂੰ ਦਿਖਾਵਾਂਗੇ। ਗੱਲਬਾਤ ਹੁਣ ਆਪਾਂ ਵੀਰ ਜੀ ਹੁਣਾਂ ਨਾਲ ਕਰਦੇ ਹਾਂ ਅਤੇ ਪੁੱਛਦੇ ਹਾਂ ਸਾਰੀ ਡਿਟੇਲ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹੋਰ ਸੁਣਾ, ਠੀਕ ਠਾਕ ਜੀ? ਕਿਰਪਾ ਬਾਬੇ ਦੀ ਸ਼ਹੀਦਾਂ ਸਿੰਘਾਂ ਦੀ। ਚਲੋ ਵਧੀਆ, ਕਿਰਪਾ ਚੀਜ਼ੀ ਜੀ। ਅਤੇ ਨਾਮ ਦੱਸ ਦਿਓ ਘਰੇ। ਨਾਮ ਕਮਲ ਜੀ। ਹਾਂਜੀ। ਪਿੰਡ ਭਗਵਾਨਪੁਰ, ਤਹਿਸੀਲ ਡੇਰਾ ਬਾਬਾ ਨਾਨਕ ਦੇ, ਜ਼ਿਲ੍ਹਾ ਗੁਰਦਾਸਪੁਰ। ਅਤੇ ਫੋਨ ਨੰਬਰ ਬੋਲ ਦਿਓ ਘਰੇ। 98-15-90-87 ਮੇਰਾ ਨੰਬਰ। ਠੀਕ ਹੈ। ਅਤੇ ਮੰਡੀ ਵਾਲਾ ਮਾਲ ਵੇਚ ਲਿਆ ਫਿਰ? ਹਾਂਜੀ ਹਾਂਜੀ, ਵੇਚ ਗਿਆ ਮਾਲ ਦੀ ਕਿਰਪਾ ਨਾਲ। ਠੀਕ ਹੈ, ਵਧੀਆ ਰਹੀ ਮੰਡੀ ਫਿਰ? ਵਧੀਆ ਵਧੀਆ, ਚਲੋ 6 ਪਸ਼ੂ ਕਰੇ, 4-5 ਵੇਚ ਗਏ ਵਿੱਚੋਂ। ਠੀਕ ਠੀਕ ਹੈ ਠੀਕ। ਅਤੇ ਚਲੋ ਫਿਰ ਪਹਿਲਾਂ ਕਿਹੜੀ ਵਿਖਾ ਦਈਏ ਹੁਣ? ਪਹਿਲਾਂ ਮੱਝ ਤੋਂ ਹੀ ਕਰ ਲੈਣੇ ਸਟਾਰਟ। ਚਲੋ ਫਿਰ ਮੱਝ ਹੀ ਵਿਖਾ ਦਈਏ, ਮਗਰ ਕੱਟੀ ਜੇ? ਕੱਟੀ ਮਗਰ ਜੀ। ਠੀਕ ਹੈ, 10 ਕਿਲੋ ਦੀ ਸੂਈ ਜੇ। ਠੀਕ ਹੈ, 10 ਕਿਲੋ ਗੋਲਾ ਆਪਾਂ 9 ਕਿਲੋ ਦੀ ਗਰੰਟੀ ਦੇਵਾਂਗੇ। ਅੱਛਾ, 10 ਕਿਲੋ ਜੀ, 5 ਲੀਟਰ ਦੀ ਬਾਲਟੀ ਐਨ ਤਾਰ ਦਿੰਦੇ। ਅਤੇ ਉਹਦਾ 19 ਕਿਲੋ ਤੁਹਾਨੂੰ ਪਤਾ, ਦੂਜੇ ਘਰ ਜਾ ਕੇ ਫਰਕ ਪੈਂਦਾ, ਪਹਿਲਾਂ ਹੀ ਆਪਾਂ 9 ਕਿਲੋ ਦੱਸ ਦਿਓ। ਅਤੇ ਕਿੰਨਾ ਦੁੱਧ ਚਵਾਈ ਜਾਊਗੀ? 12 ਕਿਲੋ ਆਰਾਮ ਨਾਲ ਚਵਾਈ ਜਾਊਗੀ। ਤੋਰਾਂ ਹਾਂ ਫਿਰ ਇੱਕ ਵਾਰੀ? ਮੱਝ ਥੱਲੇ ਇੰਨਾ ਕੁ ਦੁੱਧ ਯਾਰ, ਕਹਿਣ ਨੂੰ ਭਾਵੇਂ 15-16 ਬਹੁਤ ਪਈ ਹੈ, ਪਰ ਮੈਂ ਕਹਿੰਦਾ 10-12 ਕਿਲੋ ਦੁੱਧ ਬੜਾ ਹੁੰਦਾ। ਜਦੋਂ ਆਪ ਮਿੰਤੀ ਕਰੀ ਤਾਂ ਪਤਾ ਤੇ ਉਦੋਂ ਲੱਗਦਾ ਜੀ, ਮੱਝ ਤੇ ਬੜਾ ਹੁੰਦਾ 10-12 ਕਿਲੋ। ਬਾਕੀ ਦੁੱਧ ਚੋ ਕੇ ਹੀ ਮਿੰਤੀ ਕਰਕੇ ਹੀ ਖੜਨਾ ਚਾਹੀਦਾ, ਕਿਤਿਓ ਵੀ ਆ, ਭਾਵੇਂ ਮੱਝ ਆ ਭਾਵੇਂ ਗਾਂ ਆ। ਬਾਕੀ ਚੰਗੇ ਪਿੱਠ ਪੁੜੇ ਦੀ ਮਾਲਕ ਹੈ ਜੀ। ਲਾ ਦੋ, ਦਿਖਾ ਦਿੰਦੇ। ਹਾਂਜੀ ਹਾਂਜੀ, ਇੱਕ ਵਾਰੀ ਫੁਲਕਾਰੀ ਜੀ ਲਾ ਕੇ ਦਿਖਾ ਦੋ, ਪਤਾ ਸਾਰੇ ਰੰਗ ਰੁੰਗ ਦਾ ਪਤਾ ਲੱਗ ਜਾਂਦਾ। ਹਾਂਜੀ ਹਾਂ, ਦੇਖ ਸਕਦੇ ਜੀ। ਅੱਛਾ, ਦੇਖ ਸਕਦੇ ਜੀ ਲਾਗੇ ਤੋਂ ਬਹੁਤ ਹਾਰ ਪੋਲੀ ਜਿਹੜੀ ਜੀ। ਮੋਟਰਾਂ ਵੀ ਹੁੰਦੀ ਹੈ, ਤੇ ਅਗਲੇ ਥਣਾਂ ਦਾ ਵੀ ਚਵਾ ਦਿਖਾ ਦੇ ਵਿੱਚ ਜੀ। ਠੀਕ ਹੈ ਜੀ, ਇੱਕ ਵਾਰੀ ਇਸ ਤਰ੍ਹਾਂ ਹੀ ਥਣ ਦੇਖ ਸਕਦੇ ਜੀ। ਵਧੀਆ, ਪਿੱਛੋਂ ਵੀ ਥਾਣ ਖਾ ਦਿਓ, ਚੰਗੇ ਗੈਪ 'ਤੇ ਥਾਣੇ ਆ ਜਿਹੜਾ ਉਹ ਖਾਓ ਪਿਛਲੇ ਬੰਨਾ। ਕਿੰਨਾ ਰੱਖਣਾ ਵੀਰ ਜੀ ਇਹਦਾ ਮੁੱਲ? ਫਿਰ ਮੁੱਲ ਜੀ ਇੱਦਾਂ 1-25 ਦੀ ਮੱਝ ਵੇਚਦੇ ਤਾਂ ਵੇਖਦੀ ਆ। ਹਾਂਜੀ, ਆਰਾਮ ਨਾਲ ਵੇਖਦੀ ਆ, ਹੱਸ ਕੇ ਲੈ ਬਾਹਰੋਂ 1-10 ਦੀ ਦੇ ਦਈਏ। 1-10 ਦੀ ਵਿੱਚੋਂ ਕਰ ਦਈਏ ਕੁਛ ਮਾਨਤਾ ਨਾ, 5 ਹੀ ਛੱਡ ਦਿੰਦੇ। ਅੱਛਾ, 1-5 ਦੀ ਪੂਰੇ ਦੀ? 1-5 ਪੂਰੇ ਦੀ, ਉਹ 'ਚੋਂ ਵੀ 5 ਛੱਡ ਦਾਂਗੇ, ਲੱਖ ਪੂਰੇ ਦੀ ਯਾਰ, ਮਤਲਬ ਫੁਲਕਾਰੀ ਦਾ ਮੁੱਲ ਬੋਲ ਦਿੰਦੇ। ਠੀਕ ਹੈ, ਮੱਝ ਲੈ ਲੂਗਾ, ਕੋਈ ਘਾਟਾ ਕੋਈ ਨਹੀਂ ਮੱਝ ਦਾ। ਠੀਕ ਹੈ, ਪਰ ਨਫੇ ਨਾ ਵੇਚ ਲੇ ਕਾਵੇਂ ਕੋਈ, 1,00,000 ਦੀ ਪੂਰੇ ਦੀ ਜਿਹੜੀ ਮੱਝ ਕਰ ਲਾਂਗੇ ਮਾਨਤਾਨ ਵਿੱਚ, ਮਾਨਤਾਨ ਹੋ ਜਾਊਗਾ। ਹਾਂ, ਕੱਟੀ ਮਗਰ ਜੇ। ਠੀਕ ਹੈ, ਕਿਸੇ ਨੇ ਘਰ ਰੱਖਣ ਵਾਸਤੇ ਵਧੀਆ ਮੱਝ ਸੋਹਣੀ। ਹੁਣ ਜਿਹੜੀਆਂ ਵੈੜਾਂ ਤੁਹਾਨੂੰ ਦਿਖਾਉਣੀਆਂ, ਵੈੜਾਂ ਵੀ 1 ਨੰਬਰ ਇਹ ਸਾਰੇ। ਆਹ ਕਿੰਨਵਾਂ ਸੂਆ ਜੇ ਦਾ? ਇਹਦਾ ਦੂਜਾ ਸੂਆ ਵੀ ਜੀ। ਕਿੰਨੇ ਦੁੱਧ ਵਾਲੀ ਜੇ? ਇਹ ਦੁੱਧ 20 ਕਿਲੋ ਭਰੂਗੀ, ਦੇਣੇ ਦੇ 12-13 ਰਹਿ ਗਏ ਜੀ। ਤੋਰੋ ਫਿਰ ਇਹਨਾਂ। ਹਾਂਜੀ,
ਬਾਕੀ ਰੰਗ ਰੂਪ ਦੀ ਇਹ ਵੀ ਸਫਾਈ ਜੀ ਅਜੇ ਤਿਆਰ ਹੋਣੀ ਹੈ ਇਹ ਵੀ ਚੰਗੀ ਅਤੇ ਥਣ ਵੀ ਇਹਦੇ ਕਰੀ ਦੇਖ ਸਕਦੇ ਲਾਗੇ ਤੋਂ ਚੰਗੇ ਗੈਪ 'ਤੇ ਥਾਣ ਆ ਅਤੇ ਮਿਲਕ ਮੈਨੂੰ ਵੀ ਚੰਗੀ ਲੱਗੀ ਹੈ ਅਜੇ ਦਿਨ ਖੜਦੀ ਆ ਬਾਕੀ ਆ ਫੁਲਕਾਰੀ ਲਾ ਕੇ ਵੀ ਦੇਖ ਸਕਦੇ ਜੀ ਚੰਗੇ ਸੋਹਣੇ ਰੰਗ ਰੂਪ ਦੀ ਹੈ ਅਤੇ ਇਹਦਾ ਮੁੱਲ ਵਿਧੀ ਦੱਸੀਏ ਫਿਰ ਆਪਾਂ ਮੁੱਲ ਤਾਂ ਵਿਧੀ 65-70 ਹਜ਼ਾਰ ਦੀ ਵਹਿ ਰਿਹਾ ਹਾਂਜੀ ਹੱਥ ਵੀ ਹੈਗਾ ਵਹਿਣ ਦਾ ਹਾਂਜੀ ਪਰ ਚਲੋ ਥੋੜ੍ਹਾ ਜਿਹਾ ਪੰਜਾਬ ਜੂ ਡੋਣਿਆ ਬਹੁਤਾ ਨਹੀਂ ਅਤੇ 55,000 ਦੀ ਦੇ ਦੋਗੇ ਚਲੋ ਹੋਰ ਕਰ ਦੋਗੇ ਮਾਨ ਮੌਕੇ ਤੇ 3,000 ਛੱਡਦਾ ਤਿਆਰੀ ਜੀ ਛੇਤੀ ਸੂ ਪੈਣਾ ਬਾਕੀ ਚੰਗੀ ਤਿਆਰ ਹੁੰਦੀ ਆ ਥੱਲਿਆਂ ਹਵਾਨੇ ਅਤੇ ਨਾੜਾਂ ਨੂੜਾਂ ਵੀ ਚੰਗੀਆਂ ਵਾ ਅਤੇ ਇਹਦਾ ਮੁੱਲ ਵੀਰ ਜੀ ਫਿਰ ਇਹਦਾ ਮੁੱਲ ਇਹਦਾ ਵੀ ਲਾ ਲਓ ਫੁਲਕਾਰੀ ਕੁੜੀ ਰੰਗ ਬਾਅਦ ਦਿਖਾ ਲਓ ਹਾਂ ਦੇਖ ਸਕਦੇ ਰੰਗ ਰੂੰਗ ਚੰਗੀ ਤਰ੍ਹਾਂ ਬਾਕੀ ਜੇ ਕੋਈ ਜੋੜਾ ਪਾਲੂਗਾ ਤੇ ਹੋਰ ਮਾਨ ਹੋ ਠੀਕ ਆ ਤੇ ਇਹਦਾ ਕਿੰਨਾ ਸੂਆ ਜੀ ਤੇ ਬਾਕੀ ਕੱਦ ਕਾਠ ਜਿਹੜੇ ਤਿੰਨਾਂ ਦੇ ਚੰਗੇ ਠੀਕ ਹੈ ਕੱਦ ਕਾਠ ਇਹਦਾ ਵੀ ਕੱਦ ਕਾਠ ਉੱਚਾ ਵਾ ਤੇ ਇਹਦਾ ਮੁੱਲ ਵੀਰ ਜੀ ਮੁੱਲ ਵੀਰ ਜੀ ਇਹਦਾ ਕੰਨ ਭਾਵੇਂ 50 ਕਰੀ ਜਾਈਏ ਕ੍ਰੋਸ ਦੇ ਵਿੱਚ ਆ ਹਾਂਜੀ ਜਿਹੜਾ ਵਧੀਆ 45,000 ਦੀ ਦੇ ਦਾਂਗੇ ਬਾਕੀ ਕੋਈ 1,000-2,000 ਹੋਰ ਮੌਕੇ ਤੇ ਮਾਨ ਕਰ ਦੋਗੇ ਛੱਡ ਦਾਂਗੇ 45,000 ਦੀ ਹਾਂ ਨਾ ਵੀਰ ਜੀ ਸ਼ੋਰ ਛੱਡ ਹੋ ਜੂਗੀ ਠੀਕ ਹੈ ਜੀ ਹਾਂ ਦੀ ਬੜੀ ਵਧੀਆ ਵਸੀ ਵੀਰ ਜੀ ਠੀਕ ਹੈ ਤੁਹਾਨੂੰ ਥਾਂ ਥੂਨ ਚੰਗਾ ਠੰਡੀ ਆ
ਦੁੱਧ 15 ਲੀਟਰ ਭਰੀ ਜਾਓ ਵਧੀਆ। ਠੀਕ ਹੈ ਜੀ, ਹਾਂਜੀ ਹਾਂਜੀ ਠੀਕ ਹੈ ਵੀਰ ਜੀ। ਬਾਕੀ ਤਸੱਲੀ ਆਣ ਕੇ ਕਰੋ, ਜਿਹਨੇ ਇੱਥੇ ਆਉਣਾ ਆਪਣੀ ਇੱਥੇ ਆ ਕੇ ਤਸੱਲੀ ਕਰਕੇ ਪਾਸ ਕਰਕੇ ਖੜੋ, ਅਤੇ ਇੱਕੋ ਹੀ ਸੂਈ ਸਵਾਈ ਆ ਉਹਦੀ, ਆਪਣੀ ਚਵਾਈ ਕਰਕੇ ਖੜੋ ਜੀ। ਹਾਂਜੀ ਦੋਸਤੋ, ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ।